ਸੱਚੀ ਗੱਲ ਜੀ ਸਾਰਿਆਂ ਨੂੰ ਸੋਨੜ ਤੁਸੀਂ ਗੁਲਬੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਗੱਲ ਕਰਦੇ ਹਾਂ ਇਟਲੀ ਦੇ ਵਿੱਚ ਮਿੰਨ ਵਾਲੇ ਇੱਕ ਪੇਪਰ ਦੀ ਅੱਜ ਜਿਹੜੀ ਅਸੀਂ ਗੱਲ ਕਰਨੀ ਹੈ ਉਹ ਹੈ ਜੀ ਕਾਰਤਾ ਦੀ ਸਜੋਰ ਉਹਦੀ ਕਾਰਤਾ ਦੀ ਸਜੋਰ ਨੂੰ ਇੱਕ ਐਸਾ ਡਾਕੂਮੈਂਟ ਇੱਕ ਐਸਾ ਪੇਪਰ ਇੱਕ ਐਸਾ ਦਾਸਤਾਵੇਜ਼ ਜਿਹਦੇ ਨਾਲ ਇਟਲੀ ਦੇ ਵਿੱਚ ਇਟਲੀ ਦੇ ਨਾਮ ਨਾਲ ਬੰਦਾ ਯੂਰਪ ਦੇ ਕਿਸੇ ਵੀ ਦੇਸ਼ ਦੇ ਵਿੱਚ ਰਹਿ ਸਕਦਾ ਉੱਥੇ ਕੰਮ ਕਰ ਸਕਦਾ ਦੇਖੋ ਇਟਲੀ ਦੇ ਵਿੱਚ ਜੇ ਯੂਰਪ ਦੀ ਕਿਸੇ ਵੀ ਕੰਟਰੀ 'ਚ ਜਾਣਾ ਤਾਂ ਸਾਡੇ ਕੋਲ ਨਾਰਮਲ ਸਜੋਰ ਨੂੰ ਹੋਵੇ ਤਾਂ ਅਸੀਂ ਕਿਸੇ ਵੀ ਪਾਸੇ ਘੁੰਮ ਸਕਦੇ ਹਾਂ ਯੂਰਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੋਕ ਟੋਕ ਨਹੀਂ ਪਰ ਜੇਕਰ ਕੰਮ ਕਰਨਾ ਹੋਵੇ 1 ਨੰਬਰ ਦੇ ਵਿੱਚ 2 ਨੰਬਰ 'ਚ ਤਾਂ ਬੰਦਾ ਜੇਕਰ ਕੱਚਾ ਤਾਂ ਉਹ ਵੀ ਕਰ ਸਕਦਾ ਪਰ ਜੇਕਰ 1 ਨੰਬਰ ਦੇ ਵਿੱਚ ਕੰਮ ਕਰਨਾ ਯੂਰਪ ਦੀ ਕਿਸੇ ਹੋਰ ਕੰਟਰੀ ਦੇ ਵਿੱਚ ਤੁਹਾਡੇ ਕੋਲ ਕਾਰਤਾ ਦੀ ਸਜੋਰ ਨੂੰ ਯੂਈ ਜਾਂ ਈਯੂ ਵਾਲੀ ਹੋਣੀ ਬਹੁਤ ਜ਼ਰੂਰੀ ਹੁਣ ਯੂਈ ਤੇ ਈਯੂ ਦਾ ਅਸਲ ਦੇ ਵਿੱਚ ਮਤਲਬ ਕੀ ਹੈ ਦੇਖੋ ਜੇ ਅਸੀਂ ਯੂਈ ਕਰਦੇ ਹਾਂ ਤਾਂ ਉਹਦਾ ਮਤਲਬ ਹੈ ਜੀ ਉਨੀਓਨ ਯੂਰੋਪੀਆ ਇਹ ਯੂ ਦਾ ਮਤਲਬ ਹੈ ਯੂਰਪ ਯੂਨੀਅਨ ਇਹਨਾਂ ਦੋਹਾਂ ਦਾ ਕੋਈ ਖਾਸ ਫਰਕ ਨਹੀਂ ਹੈਗਾ ਦੋਨਾਂ ਦਾ ਮਤਲਬ ਇੱਕ ਹੀ ਹੈ ਹੁਣ ਇਹ ਜੋ ਕਾਰਤਾ ਦੀ ਸਜੂਰ ਨੂੰ ਮਿਲਦੀ ਕਿਦਾਂ ਦੇਖੋ ਕਾਰਤਾ ਦੀ ਸਜੂਰ ਨੂੰ ਲੈਣ ਦੇ ਲਈ ਦੋ ਤਰੀਕੇ ਨੇ ਸਭ ਤੋਂ ਪਹਿਲਾ ਤਰੀਕਾ ਜ਼ਿਆਦਾਤਰ ਜਿਹੜਾ ਵਰਤਿਆ ਜਾਂਦਾ ਉਹ ਹੈ ਜਿਸ ਟਾਈਮ ਬੰਦਾ ਇਟਲੀ ਦੇ ਵਿੱਚ ਰਹਿੰਦਾ ਹੋਇਆ ਬੰਦੇ ਨੂੰ ਇਟਲੀ ਦੇ ਵਿੱਚ ਰਹਿੰਦੇ ਹੋਏ 5 ਸਾਲ ਹੋ ਜਾਂਦੇ ਆ ਤਾਂ ਉਹ ਕੀ ਕਰਦਾ ਜੀ 5 ਸਾਲਾਂ ਬਾਅਦ ਆਪਣਾ ਜਿਹੜਾ ਕਾਰਤਾ ਦੀ ਸਜੂਰ ਨੂੰ ਉਹਨੂੰ ਅਪਲਾਈ ਕਰ ਸਕਦਾ ਤੇ ਇਹ ਜਿਹੜਾ ਕਾਰਤਾ ਦੀ ਜ਼ਰੂਰਤ ਨੂੰ ਫਿਰ ਉਹਨੂੰ 1 ਸਾਲ ਦੀ ਕੁੱਦ ਚਾਹੀਦੀ ਹੈ ਉਹ ਤੁਹਾਨੂੰ ਪੀਸੀਸੀ ਚਾਹੀਦੀ ਹੈ ਕਿ ਉਹਦਾ ਕਿਸੇ ਕਿਸੇ ਵੀ ਤਰ੍ਹਾਂ ਦਾ ਕ੍ਰਿਮਨਲ ਰਿਕਾਰਡ ਨਾ ਹੋਵੇ ਤੇ ਅਪਲਾਈ ਕਰਕੇ ਬੰਦੇ ਨੂੰ ਮਿਲ ਜਾਂਦੀ ਆ ਪੈਸੇ ਕਿੰਨੇ ਲੱਗਦੇ ਆ ਕੁੱਦ ਕਿੰਨੀ ਲੱਗਦੀ ਓਦੇ ਬਾਰੇ ਵੀ ਅਸੀਂ ਦੱਸਦੇ ਆ ਅੱਛਾ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਦੋਂ ਕਾਰਤਾ ਦੀ ਜ਼ਰੂਰਤ ਨੂੰ ਮਿਲ ਜਾਂਦੀ ਹੈ ਕਿਸੇ ਵੀ ਬੰਦੇ ਨੂੰ ਆਪਣੇ ਪੇਪਰ ਨੂੰ ਰੀਨਿਊ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਅਨਲਿਮਿਟਿਡ ਹੁੰਦੀ ਆ ਪਰ ਬਹੁਤ ਵਾਰੀ ਵੀ ਪੁੱਛਿਆ ਜਾਂਦਾ ਕਿ ਭਾਜੀ ਇਹਦੇ ਉੱਤੇ 10 ਸਾਲ ਲਿਖਿਆ ਹੁੰਦਾ 5 ਸਾਲ ਲਿਖਿਆ ਯੂਈ ਦੇ ਅਨਲਿ ਇਹ ਜੋ ਕਾਰਤਾ ਦੀ ਸਜੋਰਨ ਹੁੰਦੀ ਆ ਇਹ ਇਹਦਾ ਹਿਸਾਬ ਇਹ ਹੈ ਕਿ ਕਾਰਤਾ ਦੀ ਸਜੋਰਨ ਨੂੰ ਤੂੰ ਦਸੀ 5 ਜਾਂ 10 ਸਾਲਾਂ ਦੇ ਵਿੱਚ ਵਿੱਚ ਚੇਂਜ ਕਰਵਾਉਣਾ ਹੁੰਦਾ ਚੇਂਜ ਕਰਵਾਉਣ ਦਾ ਮਤਲਬ ਕੀ ਹੈ ਕਿਉਂਕਿ 5 7 8 9 ਸਾਲਾਂ ਬਾਅਦ ਬੰਦੇ ਦਾ ਫੇਸ ਚੇਂਜ ਹੋ ਜਾਂਦਾ ਤੇ ਉਸ ਹਿਸਾਬ ਨਾਲ ਅਸੀਂ ਚੇਂਜ ਨਹੀਂ ਨੂੰ ਅਪਡੇਟ ਕਹਿ ਸਕਦੇ ਕਿ ਆਪਾਂ ਨੂੰ ਕਾਰਤਾ ਦੀ ਸਜੋਰਨ ਉਹ ਜਿਹੜੀ ਅਪਡੇਟ ਅਜਰਨਾਮੇ ਤੋਂ ਕਰਵਾਉਣ ਦੀ ਲੋੜ ਉਹਦੇ ਲਈ ਕੀ ਚਾਹੀਦਾ ਉਹਦੇ ਲਈ ਕੁਝ ਨਹੀਂ ਚਾਹੀਦਾ ਕਿੱਟ ਭਰਨੀ ਆ ਫਾਰਮ ਭਰਨਾ ਆਪਣੀਆਂ ਫੋਟੋਆਂ ਨਵੀਆਂ ਲਾਣੀਆਂ ਦਾ ਕਿੱਥੇ ਰਹਿਨੇ ਆ ਤੁਸੀਂ ਉਹ ਚਾਹੀਦਾ ਕੁੱਦ-ਕੁੱਦ ਵਗੈਰਾ ਇਹ ਜਿਹੜੀਆਂ ਚੀਜ਼ਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਨਹੀਂ ਹੈਗੀ ਹੁਣ ਅਸੀਂ ਦੇਖਦੇ ਹਾਂ ਦੂਸਰਾ ਤਰੀਕਾ ਦੇਖੋ ਜਿਹੜਾ ਤਾਂ ਕਾਰਤਾ ਦੀ ਜ਼ਰੂਰ ਨੂੰ ਜੇ ਅਸੀਂ ਦੂਸਰੇ ਤਰੀਕੇ ਦੀ ਗੱਲ ਕਰਦੇ ਆ ਉਹ ਆ ਜੇਕਰ ਤੁਸੀਂ ਇਟਾਲੀਅਨ ਦੇ ਨਾਲ ਵਿਆਹ ਕਰਵਾਉਂਦੇ ਹੋ ਦੇਕਰ ਜੇਕਰ ਤੁਹਾਡਾ ਪਤੀ ਜਾਂ ਫਿਰ ਪਤਨੀ ਉਸ ਦੀ ਕੋਲ ਇਟਾਲੀਅਨ ਪਾਸਪੋਰਟ ਇਟਾਲੀਅਨ ਪਾਸਪੋਰਟ 홀ਡਰ ਆ ਤਾਂ ਫਿਰ ਵੀ ਤੁਹਾਨੂੰ ਜਿਹੜੀ ਇਹ ਕਾਰਤਾ ਦੀ ਜ਼ਰੂਰ ਨੂੰ ਮਿਲ ਸਕਦੀ ਹੈ ਡਾਇਰੈਕਟਲੀ ਇਟਲੀ ਦੇ ਵਿੱਚ ਰਹਿੰਦਿਆਂ ਨੂੰ 5 ਸਾਲ ਨਹੀਂ ਹੋਣੇ ਚਾਹੀਦੇ ਇਟਲੀ ਦੇ ਵਿੱਚ ਕੋਦ ਦੀ ਲੋਡ ਨਹੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਤੁਹਾਡੀ ਵਾਈਫ ਜਾਂ ਹਸਬੰਡ ਤੋਂ ਕੋ ਇਟਾਲੀਅਨ ਪਾਸਪੋਰਟ ਆ ਕਰਨ ਦੀ ਕੀ ਲੋੜਾ ਤੁਹਾਡੇ ਕੋਲ ਪੇਪਰ ਵੀ ਨਹੀਂ ਹੈਗੇ ਤੁਸੀਂ ਕੱਚੇ ਆ ਇਟਾਲੀਅਨ ਦੇ ਨਾਲ ਵਿਆਹ ਕਰਾਓ ਸਿੱਧਾ ਹੀ 5 ਸਾਲ ਦੇ ਪੇਪਰ ਮਿਲ ਜਾਂਦੇ ਆ ਜੇ ਤਾਂ ਇੰਡੀਆ ਇਟਲੀ ਤੋਂ ਬਾਹਰ ਵਿਆਹ ਕਰਵਾਇਆ ਮਤਲਬ ਇੰਡੀਆ ਦੇ ਵਿੱਚ ਕਰਵਾਇਆ ਪਾਕਿਸਤਾਨ ਦੇ ਵਿੱਚ ਕਰਵਾਇਆ ਤਾਂ ਇਟਲੀ ਦੇ ਵਿੱਚ ਆਣਾ ਹੈ ਇਟਲੀ ਦੇ ਵਿੱਚ ਅਪਲਾਈ ਕਰਨਾ ਕਿੱਦਾਂ ਕਰਨਾ ਇਹ ਵੀ ਦੇਖਦੇ ਹਾਂ ਸਭ ਤੋਂ ਪਹਿਲਾਂ ਜਦੋਂ ਇਟਲੀ ਦੇ ਵਿੱਚ ਐਂਟਰ ਹੋਗਾ 8 ਦਿਨਾਂ ਦੇ ਵਿੱਚ ਵਿੱਚ ਕੋਸਤੂਰੇ ਦੇ ਵਿੱਚ ਜਾਣਾ ਕਿ ਜੀ ਆ ਮੈਂ ਆ ਮੇਰੀ ਘਰ ਵਾਲੀ ਆ ਜਾਇਦਾ ਘਰ ਵਾਲਾ ਆ ਤੇ ਅਸੀਂ ਜਿਹੜੇ ਪੇਪਰ ਅਪਲਾਈ ਕਰਨੇ ਆ ਹੁਣ ਇਹਦੇ ਵਿੱਚ ਖਰਚਾ ਕਿੰਨਾ ਕਹਿੰਦਾ ਦੇਖੋ ਸਭ ਤੋਂ ਪਹਿਲਾਂ ਟਿਕਟ ਲੱਗਦੀ ਹੈ ਜਿਸ ਨੂੰ ਮਾਰਕਾ ਦੀ ਬੋਲੋ ਕਿਹਾ ਜਾਂਦਾ ਉਹ ਕਿੰਨਾ ਹੁੰਦਾ 16 ਯਰੋ ਦਾ ਉਸ ਤੋਂ ਬਾਅਦ 30 ਯਰੋ 46 ਸੈਂਟ ਪੋਸਟ ਆਫਿਸ ਡਾਕਖਾਨੇ ਦੇ ਵਿੱਚ ਭਰਨੇ ਪੈਂਦੇ ਆ ਜਿਹੜੀ ਇਹਨਾਂ ਦੀ ਇੱਕ ਫਾਈਲ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਵਕੀਲ ਥਰੂ ਕਰਵਾਇਆ ਤਾਂ ਉਹ ਆਪਣਾ ਚਾਰਜ ਲੈ ਸਕਦਾ ਜੇਕਰ ਤੁਸੀਂ ਕਿਸੇ ਪਤਰੋਂ ਨਾਲ ਤੋਂ ਥਰੂ ਕਰਾਇਆ ਤਾਂ ਮਾੜਾ ਮੋਟਾ ਉਹਨਾਂ ਦਾ ਵੀ ਚਾਰਜ ਹੋ ਸਕਦਾ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਹੈਲਥ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਲਿਗਾਵੇਂ ਫੈਮਿਲੀਆਰ ਜਿਹੜਾ ਸੀ ਕਹਿੰਨੇ ਆ ਕਿ ਮੈਰਿਜ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਉਹਨੂੰ ਟਰਾਂਸਲੇਸ਼ਨ ਕਰਾਇਆ ਹੋਵੇ ਤਾਂ ਹੋਰ ਵੀ ਜ਼ਿਆਦਾ ਵਧੀਆ ਬੰਦੇ ਦੇ ਕੁੱਦ ਵੀ ਹੋਣੀ ਚਾਹੀਦੀ ਹੈ ਕਿ ਹਾਂ ਵੀ ਇਹ ਜਿਹੜਾ ਬੰਦਾ ਜੌਰਤ ਜਿਹਨੂੰ ਮੈਂ ਵਿਆਹ ਕੇ ਲੈ ਕੇ ਆਇਆ ਇਸ ਨੂੰ ਮੈਂ ਰੱਖ ਸਕਦਾ ਇਹਦਾ ਜਿਹੜਾ ਖਰਚਾ ਮੈਂ ਚੱਕ ਸਕਦਾ ਹੁਣ ਖਰਚਾ ਸਿਰਫ ਰੋਟੀ ਕਪੜਾ ਮਕਾਨ ਦਾ ਨਹੀਂ ਹੁੰਦਾ ਵੀ ਦੋ ਰੋਟੀਆਂ ਨੇ ਖਾ ਲਈਆਂ ਰੋਟੀਆਂ ਹੀ ਆ ਜੀ ਜਿੱਥੇ ਦੋ ਮੇਰੀਆਂ ਬਣੀਆਂ ਤਾਂ ਦੋ ਵੱਧ ਬਣ ਜਊਂਗੀਆਂ ਨਹੀਂ ਇਟਲੀ ਦੇ ਹਿਸਾਬ ਨਾਲ ਜਿਹੜਾ ਖਰਚਾ ਆ ਉਸ ਨੂੰ ਮੰਨਿਆ ਜਾਂਦਾ ਕਿ ਜੇਕਰ ਇੱਕ ਬੰਦੇ ਨੂੰ ਰਹਿਣ ਦੇ ਲਈ ਨਾਰਮਲੀ 55000 ਦਾ ਖਰਚਾ ਆਉਂਦਾ فرض ਕਰੋ 6000 ਬੰਦੇ ਨੂੰ ਇੱਕ ਨੂੰ ਰਹਿਣ ਦੇ ਲਈ ਖਰਚਾ ਆਉਂਦਾ ਜੇ ਉਹਦੇ ਨਾਲ ਇੱਕ ਹੋਰ ਬੰਦਾ ਜੁੜ ਜਾਂਦਾ ਤਾਂ ਉਹਨਾਂ ਦਾ ਜਿਹੜਾ ਖਰਚਾ 85000 ਤੱਕ ਪਹੁੰਚ ਜਾਂਦਾ ਇੱਕ ਆਈਡੀਆ ਐਸਟੀਮੇਟ ਆ ਪਰ ਐਗਜ਼ੈਕਟ ਜਿਹੜੇ ਇਦਾਂ ਨਹੀਂ ਹੁੰਦਾ ਅਸਾ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਇਹੀ ਚੀਜ਼ਾਂ ਦੀ ਲੋੜ ਆ ਫਾਰਮ ਭਰਨ ਦੀ ਲੋੜ ਆ ਫਾਰਮ ਇਸ ਲਈ ਸਲਾਹੀ ਦਿੱਤੀ ਜਾਂਦੀ ਹੈ ਫਦਰੂ ਨਾ ਤੁਰਾ ਕੰਟੈਕਟ ਕਰ ਲਓ ਤੁਹਾਨੂੰ ਸੌਖੇ ਤਰੀਕੇ ਦੇ ਵਿੱਚ ਦੱਸ ਦਾਂਗੇ ਇਹ ਦੇਖੋ ਜਿਹਦਾ 18 ਸਾਲ ਤੋਂ ਉਮਰ ਘਾਟਾ ਬੱਚਿਆਂ ਦੀ ਤਾਂ ਉਹਨਾਂ ਨੂੰ 5-5 ਸਾਲ ਦੀ ਮਿਲਦੀ ਜਿਹੜੀ ਪਹਿਲੀ ਸਜੋਰ ਨੂੰ ਮਿਲਦੀ ਕਾਰਤਾ ਦੀ ਤੇ ਬਹੁਤ ਸਾਰੇ ਇਟਲੀ ਦੇ ਇਹੋ ਜਿਹੇ ਪ੍ਰੋਵਿੰਸੇ ਵੀ ਆ ਜਿਹੜੇ ਬੱਚਿਆਂ ਨੂੰ 5 ਸਾਲ ਤੋਂ ਘੱਟ ਵਾਲੇ ਜਿਹੜਾ ਬੱਚਾ ਉਹਨਾਂ ਨੂੰ ਕਾਰਤਾ ਸਜੋ ਉਹਨੂੰ ਨਹੀਂ ਦਿੰਦੇ ਨਾਰਮਲ ਸਜੋ ਉਹਨੂੰ ਦਿੰਦੇ ਆ ਮਤਲਬ ਜੀ ਉਹਨਾਂ ਨੂੰ ਉਸ ਚੱਕਰ 'ਚ ਫਸਾ ਲੈਂਦੇ ਕਿ ਹਰ ਸਾਲ ਕੋਸਤੂ ਦੇ ਚਾਓ ਟੈਕਸ ਤਾਰੋ ਆਪਣੀ ਸਜੋ ਉਹਨੂੰ ਨਿਊ ਕਰਵਾਓ ਗਰਮੋਨੇ ਦੇ ਵਿੱਚ ਇਦਾਂ ਨਹੀਂ ਹੁੰਦਾ ਸੀ ਪਰ ਹੁਣ ਸੁਣਨ ਚ ਆਇਆ ਕਿ ਗਰਮੋਨੇ ਦੇ ਵਿੱਚ ਵੀ ਸਜੋ ਉਹਨੂੰ ਬੱਚੇ ਨਵੇਂ ਜਿਹੜਾ ਜਨਮ ਹੁੰਦਾ ਕਾਰਤਾ ਨਹੀਂ ਮਿਲਦੀ ਫਿਰ ਉਸ ਤੋਂ ਬਾਅਦ ਜਿੱਦਾਂ 18 ਸਾਲ 'ਚ ਟੱਪਦਾ ਉਹਨੂੰ 10 ਸਾਲ ਦੀ ਮਿਡਨੀ ਸ਼ੁਰੂ ਹੋ ਜਾਂਦੀ ਹੈ 10 ਸਾਲ ਮਤਲਬ ਕਿ ਅਪਡੇਟ ਇਹ ਹੈ ਜੀ ਮੇਨ ਤਰੀਕਾ ਕਿਦਾਂ ਕਰਤਾ ਦੀ ਸਜੋਰ ਨੂੰ ਬਣਦੀ ਆ ਆਉਣ ਵਾਲੇ ਆਪਾਂ ਦਿਨਾਂ ਦੇ ਵਿੱਚ ਹੋਰ ਵੀ ਅਪਡੇਟਾਂ ਦੇ ਬਾਰੇ ਗੱਲ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਦੇਖਦੇ ਹਾਂ ਜੇਕਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਆ ਸਪੈਸ਼ਲੀ ਜੇਕਰ ਤੁਸੀਂ ਪ੍ਰੋਸ਼ੁੱਤ ਤੋਂ ਖਾਂਦੇ ਆ ਨਾਨ ਵੇਜ ਖਾਂਦੇ ਆ ਹੁਣ ਜਿਹੜਾ ਮਰਜ਼ੀ ਮੀਟ ਲੈ ਲਓ ਹੁਣ ਸਾਰਿਆਂ ਦੇ ਨਾਂ ਤਾਂ ਲੈ ਨਹੀਂ ਸਕਦੇ ਪਰ ਚਾਹੇ ਐਸੇ ਲਿੰਗਾ ਐਸੇ ਲੂੰਗਾ ਹੋਵੇ ਚਾਹੇ ਪੈਨੀ ਮਾਰਕੀਟ ਹੋਵੇ ਚਾਹੇ ਹੋਵੇ ਇਹ ਜਿਹੜੀ ਮੋਤਾ ਵਾਲਿਆਂ ਦੀ ਪ੍ਰੋਸ਼ੁੱਤ ਤੋਂ ਤਕਰੀਬਨ ਜਿੰਨੇ ਜਿੰਨਾ ਵੀ ਅਸੀਂ ਕੱਚਾ ਮੀਟ ਕਹਿ ਸਕਦੇ ਇਹਨਾਂ ਨੂੰ ਪੇ ਜਿੰਨਾ ਵੀ ਇਸ ਟਾਈਮ ਕੱਚਾ ਮੀਟ ਹਨ ਸੁਣਦੇ ਵਿੱਚ ਆ ਰਿਹਾ तकरीबन तकरीबन ਸਾਰਿਆਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਦੇਖਣ ਵਾਲੇ ਤੁਹਾਨੂੰ ਸੇ ਐਸਲੂnga ਚ ਵੀ ਆ ਰਹੀ ਹੈ ਪੈਨੀ ਮਾਰਕਟ ਵਿੱਚ ਵੀ ਆ ਰਹੀ ਹੈ ਤੇ ਸਾਰੀਆਂ ਮਾਰਕਟਾਂ ਦੇ ਵਿੱਚ ਆ ਰਿਹਾ ਤੇ ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਪ੍ਰਸ਼ੁੱਤੋ ਖਾਣੀ ਹੋਵੇ DNA ਕੋਈ ਵੀ ਚੀਜ਼ ਖਾਣਾ ਹੋਵੇ ਤਾਂ ਉਹ ਦਾ ਚੰਗੀ ਤਰ੍ਹਾਂ ਉਹਨੂੰ ਤੜਕਾ ਤੜਕਾ ਲਾ ਲਓ ਜਾਂ ਫਿਰ ਉਹਨੂੰ ਗਰਮ ਗਰਮ ਕਰ ਲਓ ਤਾਂ ਜੋ ਉਹਦੇ ਵਿੱਚ ਜਿਹੜਾ ਵੀ ਘਟਾਣੂ ਆ ਉਹ ਮਰ ਜਾਵੇ ਪਰ ਇੱਕ ਹੋਰ ਗੱਲ ਹੈ ਇਟਲੀ ਦੇ ਵਿੱਚ ਇਸ ਟਾਈਮ ਸ਼ਾਇਦ ਕਿਸੇ ਆਏਸ਼ੀਅਨ ਦੁਕਾਨ ਦੇ ਉੱਤੇ ਹੀ ਛਾਪਾ ਪਿਆ ਜਿਹਦੇ ਵਿੱਚੋਂ ਕੁਝ ਚੀਜ਼ਾਂ ਨੂੰ ਇਹਨਾਂ ਨੇ ਬੈਨ ਕੀਤਾ ਹੁਣ ਉਹ ਕਿਹੜੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਜੀ ਬੰਬੇ ਜੰਬੋ ਪੈਕ ਸਵੀਟ ਸੁਪਾਰੀ ਜਿਸ ਨੂੰ ਸ਼ਾਇਦ ਸਿਰਫ ਸੁਪਾਰੀ ਹੀ ਕਿਹਾ ਜਾਂਦਾ ਇਸ ਸਵੀਟ ਸੁਪਾਰੀ ਹੈ ਜੋ ਕਿ ਪਾਕਿਸਤਾਨ ਤੋਂ ਬਣ ਕੇ ਆਈ ਹੈ ਇਹ ਇੰਡੀਆ ਤੋਂ ਵੀ ਬਣ ਕੇ ਆ ਸਕਦੀ ਸੀ ਕਿਸੇ ਵੀ ਕੰਟਰੀ ਤੋਂ ਬਣ ਕੇ ਆਈ ਜਾ ਸਕਦੀ ਹੈ ਪਰ ਪ੍ਰੋਬਲਮ ਕੀ ਹੈ ਜੀ ਇਹਦੇ ਵਿੱਚ ਪਾਇਆ ਗਿਆ ਬੈਟਲ ਨਟ ਇਦੇ ਵਿੱਚ ਬੈਟਲ ਨਟ ਪਾਇਆ ਗਿਆ ਜਿਸ ਦੇ ਨਾਲ ਕੈਂਸਰ ਹੋ ਸਕਦਾ ਉਸ ਤੋਂ ਬਾਅਦ ਸੁਪਾਰੀ ਤੋਂ ਬਾਅਦ ਇੱਕ ਹੋਰ ਇਟਲੀ ਦੇ ਵਿੱਚ ਫੜ ਹੋਈ ਚੀਜ਼ ਜਿਸ ਦਾ ਨਾਮ ਆ ਜੀ ਸ਼ਾਲੀਮਾਰ ਤુલਸੀ ਜੇਕਰ ਜ਼ਿਆਦਾਤਰ ਇਹ ਆਪਣੀ ਇੰਡੀਅਨ ਪਾਕਿਸਤਾਨੀ ਜਾਂ ਫਿਰ ਬੰਗਲਾਦੇਸ਼ ਇਹਨਾਂ ਦੁਕਾਨਾਂ ਦੇ ਉੱਤੇ ਮਿਲ ਜਾਂਦੀ ਹੈ ਸ਼ਾਲੀਮਾਰ ਤુલਸੀ ਜੇਕਰ ਸ਼ਾਲੀਮਾਰ ਤુલਸੀ ਵੀ ਖਾਓਗੇ ਇਹ ਮਾਊਥ ਫਰੈਸ਼ਨਰ ਇਹਨੂੰ ਦੱਸਿਆ ਜਾਂਦਾ ਇਹਦੇ ਵਿੱਚ ਵੀ ਇਹ ਚੀਜ਼ ਪਾਈ ਗਈ ਹੈ ਜਿਸ ਨੂੰ ਬੈਟਲ ਨਟ ਕਿਹਾ ਜਾਂਦਾ ਇਹਦੇ ਨਾਲ ਵੀ ਕੈਂਸਰ ਹੋ ਸਕਦਾ ਐਗਜ਼ੈਕਟ ਜੇ ਗੱਲ ਕਰੀ ਤਾਂ ਮੂੰਹ ਦਾ ਕੈਂਸਰ ਹੋ ਸਕਦਾ ਇਸ ਕਰਕੇ ਇਸ ਚੀਜ਼ ਤੋਂ ਬਚ ਗੇ ਰਹੋ ਜੋ ਇਟਲੀ ਦੇ ਹਿਸਾਬ ਦੇ ਨਾਲ ਹੋ ਸਕਦਾ ਆਪਣੇ ਇੰਡੀਆ ਜਾਂ ਫਿਰ ਪਾਕਿਸਤਾਨ ਦੇ ਹਿਸਾਬ ਨਾਲ ਸ਼ਾਇਦ ਨਾ ਹੁੰਦਾ ਹੋਵੇ ਪਰ ਇਟਲੀ ਦੇ ਕਾਨੂੰਨ ਦੇ ਹਿਸਾਬ ਨਾਲ ਬੈਟਲ ਨਟੋ ਉਸ ਨਾਲ ਕੈਂਸਰ ਹੋ ਸਕਦਾ ਇਸ ਸੁਪਾਰੀ ਦੇ ਵਿੱਚ ਪਾਇਆ ਗਿਆ ਇਹ ਸ਼ਾਲੀਮਾਰ ਜਿਹੜੀ ਆ ਤુલਸੀ ਉਹਦੇ ਵਿੱਚ ਪਾਇਆ ਗਿਆ ਜਾਂ ਬੰਬੇ ਦੀ ਸੁਪਾਰੀ ਹੋਵੇ ਜਾਂ ਫਿਰ ਆਪਣੇ ਸ਼ਾਲੀਮਾਰ ਵਾਲੀ ਸੁਪਾਰੀ ਹੋਵੇ ਗੱਲ ਕਰਦੇ ਹਾਂ ਜੀ ਇਟਲੀ ਦੇ ਵਿੱਚ ਇੱਕ ਵਾਰ ਫੇਰ ਪੁਚਾਲ ਆਇਆ ਇਹ ਜਿਹੜਾ ਪੁਚਾਲ ਪਲੇਰਮੋਂ ਤੱਕ ਮਹਿਸੂਸ ਹੋਇਆ ਪਰ ਪੁਚਾਲ ਇਟਲੀ ਤੋਂ ਥੋੜਾ ਦੂਜਾ ਸੀ ਤੇ ਇਹ ਜਿਹੜਾ ਪੁਚਾਲ ਆ 4.152 ਦਾ ਸੀਗਾ ਪਲੇਰਮੋਂ ਤੱਕ ਛੱਟ ਕੇ ਮਹਿਸੂਸ ਹੋਇਆ ਪੁਚਾਲ ਅਸਲ ਦੇ ਵਿੱਚ ਈਜ਼ੋਲੇ ਈਲੋਈ ਦੇ ਈਲੋਈ ਦੇ ਵਿੱਚ ਆਇਆ ਯੋਲੀਏ ਦੇ ਵਿੱਚ ਤੇ ਇਸ ਟਾਈਮ ਸਾਰੇ ਪਾਸੇ ਡਰ ਦਾ ਮਾਹੌਲ ਹੈ ਕਿ ਲਗਾਤਾਰ ਇਟਲੀ ਦੇ ਵਿੱਚ ਕਿਉਂ ਪੁਚਾਲ ਆ ਰਹੇ ਨੇ ਉਸ ਤੋਂ ਬਾਅਦ ਅੱਜ ਟਾਈਮ 4.5 ਬਿਲੀਅਨ ਸਾਲ 4.5 ਬਿਲੀਅਨ ਸਾਲ ਪੁਰਾਣਾ ਇੱਕ ਪੱਥਰ ਲੱਭਿਆ ਪੱਥਰ ਅਸੀਂ ਕਹਿ ਸਕਦੇ ਹਾਂ ਕਿ ਟੁੱਟਿਆ ਹੋਇਆ ਤਾਰਾ ਲੱਭਿਆ ਜੋ ਧਰਤੀ ਦੇ ਡਿੱਗਿਆ ਧਰਤੀ ਦੇ ਵਿੱਚੋਂ ਇਹ ਆ ਕੇ ਇਟਲੀ ਦੇ ਵਿੱਚ ਡਿੱਗਿਆ ਤੇ ਇਟਲੀ ਦੇ ਵਿੱਚ ਇਹ ਮਾਤੇਰਾ ਦੇ ਵਿੱਚ ਜਾ ਕੇ ਡਿੱਗਿਆ ਤੇ ਹੁਣ ਇਹ ਜਿਹੜਾ 4.5 ਬਿਲੀਅਨ ਜਾਨੀ ਕਿ 4.5 ਹਜ਼ਾਰ ਕਰੋੜ ਸਾਲ ਪੁਰਾਣਾ ਇਹ ਟੁੱਟਿਆ ਹੋਇਆ ਤਾਰਾ ਇਟਲੀ ਦੇ ਵਿੱਚ ਆ ਕੇ ਡਿੱਗਿਆ ਕਹਿੰਦੇ ਨੇ ਇਹਦੇ ਵਿੱਚ ਯੂਨੀਵਰਸ ਦੇ ਰਾਜ਼ ਸੁਪੇ ਨੇ ਇਸ ਤਾਰੇ ਦੇ ਵਿੱਚ ਇਹ ਉਹ ਤਾਰਾ ਜੀ ਜਿਹਦੇ ਵਿੱਚ ਬਹੁਤ ਸਾਰੀਆਂ ਬਹੁਤ ਸਾਰੇ ਅਸੀਂ ਦਾ ਕਹਿ ਸਕਦੇ ਹਾਂ ਵਾਇਰਸ ਵੀ ਹੋ ਸਕਦੇ ਆ ਤੇ ਬਹੁਤ ਸਾਰੀ ਦੇ ਵਿੱਚ ਕੀ ਕਹਿ ਸਕਦੇ ਹਾਂ ਜੀ ਬਹੁਤ ਸਾਰੀਆਂ ਦੇ ਵਿੱਚ ਜਾਦੂਈ ਸ਼ਕਤੀਆਂ ਵੀ ਹੋ ਸਕਦੀਆਂ ਕਿਉਂਕਿ ਇਹ ਦੁਨੀਆ ਦੇ 4.5 ਹਜ਼ਾਰ ਕਰੋੜ ਪੁਰਾਣੇ ਰਾਜ਼ ਆਪਣੇ ਦੇ ਵਿੱਚ ਛਾਪ ਕੇ ਲੈ ਆ ਰਿਹਾ ਤੇ ਇਹਨੂੰ ਵੈਸੇ ਚੱਕ ਲਿਆ ਤੇ ਚੱਕ ਕੇ ਹੁਣ ਲੈਬਾਰਟਰੀਆਂ ਦੇ ਵਿੱਚ ਲੈ ਜਾਣਾ ਤੇ ਲੈਬਾਰਟਰੀਆਂ ਦੇ ਵਿੱਚ ਦੇਖਣਗੇ ਇਹਨਾਂ ਦੇ ਵਿੱਚ ਕਿਹੜੇ ਇਹਨਾਂ ਨੂੰ ਪੱਬੂ ਤਾਰੇ ਲੱਭਦੇ ਆ ਇਹ ਸਾਨੂੰ ਹੁਣ ਤੱਕ ਦੀਆਂ ਕੋਈ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਨ ਖਬਰਾਂ ਤੋਂ ਇਨਕਲੂਡ ਸਿੰਘ ਨਾਲ ਜੀ ਵਾਇਗੁਰਜੀ ਦਾ ਖਾਲਸਾ ਉਹ ਵਾਇਗੁਰਜੀ ਦੀ ਫਤਿਹ